जियां कि तुसें सारें गी पता कि कल असें बाह्वे आह्ला राइड कंप्लीट कीता, ओह्दे बाद असें नैक्सट ब्लाग बनाया हा जेह्ड़ा, ओह् चीची माता दा बनाया हा। लेकिन इक वीडियो च पूरा कंप्लीट करना बड़ा मुश्कल हो रहा हा मेरे वास्तै। ते चीची माता आह्ली साइड जंदे जंदे सानूं रस्ते च तीन बतकां लब्भियां हीं और बड़ा अच्छा व्यू लग्गा दा, ते मैं सोचेआ इसी पैह्ले ऐड करना, ते एह्दे बाद हुण दिक्खो तुस। महाराज फाइनली महाराज फाइनली पुजी है चीची माता। मोटरसाइकिल चलाई 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 है 70 किलोमीटर दूर शायद जम्मू तू, पक्का में दिखा नहीं है लेकिन इन्ना तो है गया। तो करने माता रानी दर्शन, फिर वो बाद करने फोन जुड़े जुड़े सानू फोन किया उन्हें सारे कि अस फ्री हाँ फिलहाल, ओह्दे बाद करने ब्रेकफास्ट जो भी है, भुख लगी दी है तो पहले जल्दी जल्दी दर्शन कर ला एक बार। तू जल्दी जल्दी दसी उड़े ने सारे माता रानी दरबार, चल सीधे अगे लगे। देखो जी मेरा फर्स्ट ब्लॉग हा, तो मेरी मैं सोचता हा कि चीची माता आना, ताइए करिए कि
ਮੈਂ ਇਹ ਸੋਚਿਆ ਕਿ ਪਹਿਲਾ ਵਲੌਗ ਜੋੜਾ ਵੀ ਹੋਊਗਾ ਉਹ ਮਾਤਾ ਰਾਣੀ ਦੇ ਦਰਬਾਰ ਦਾ ਹੋ ਸਕਦਾ, ਉਹਦੇ ਕੋਲ ਹੋਰ ਕੁਦਾ ਨਹੀਂ ਹੋ ਸਕਦਾ। ਅਤੇ ਵੈਸ਼ਨੋ ਦੇਵੀ ਇਹ ਸੋਚਦਾ, ਫਿਰ ਮੈਂ ਸੋਚਿਆ ਸਰਾਧੇ ਵਿੱਚ ਉੱਥੇ ਜਾਣਾ ਫਾਇਦਾ ਨਹੀਂ ਹੈ, ਕੋਈ ਮਤਲਬ ਅੱਛਾ ਡਿਸੀਜਨ ਨਹੀਂ ਹੋਣਾ, ਕਿਉਂਕਿ ਅਗਰ ਨਰਾਤੇ ਵਿੱਚ ਜਾ ਕੇ ਤਾਂ ਅੱਛੀ ਖਾਸੀ ਉੱਥੇ ਡੈਕੋਰੇਸ਼ਨ ਤੁਹਾਨੂੰ ਦਿਖਣੇ ਲੱਭ ਜਾਣੀ ਹੈ। ਅਤੇ ਤਾਂ ਕਰਕੇ ਅਸੀਂ ਆਈ ਹਾਂ ਇਹ ਲੈ ਚੀਚੀ ਮਾਤਾ, ਅਤੇ ਇਹ ਚੀਚੀ ਮਾਤਾ ਦਾ ਬਾਜ਼ਾਰ ਹੈ ਮਾਤਾ ਰਾਣੀ। ਥੋੜ੍ਹੇ ਬਹੁਤ ਤੁਸੀਂ ਸ਼ਾਰਟਸ ਤਾਂ ਸੁਣਿਆ ਵਧੀਆ ਵਾਲੇ, ਅਤੇ ਫਿਰ ਦੇਖਣੇ ਆ ਅੱਗੇ ਕਿ ਵੀਡੀਓ ਇੰਜੋਏ ਕਰੋ ਪਹਿਲੇ। ਜਿਵੇਂ ਤਾਂ ਸਾਰੇ ਪਤਾ ਕਿ ਚੀਚੀ ਮਾਤਾ ਦੇ ਦਰਸ਼ਨ ਅਸੀਂ ਕਰੇ ਆ, ਅੱਜ ਦੀ ਰਾਈਡ ਇੱਥੇ ਕੰਪਲੀਟ ਕਰਨੇ ਆ, ਕਿਉਂਕਿ ਹੁਣ ਜਿਹੜੀ ਅਸੀਂ ਵਾਪਸ ਹੀ ਜਾਣਾ ਉਹਦੇ ਪਰ ਥੋੜ੍ਹੇ ਬਹੁਤੇ ਸ਼ਾਰਟਸ ਵਗੈਰਾ ਲੈਣੇ ਆ। ਅਗਰ ਤੋਂ ਸਾਨੂੰ ਥੋੜ੍ਹੇ ਅੱਛੇ ਸਿਨੇਮੈਟਿਕ ਵਿਊਜ਼ ਲੱਭੀਏ ਅਤੇ ਅਸ ਉਹ ਲਈਏ ਅਤੇ ਵੀਡੀਓ ਵਿੱਚ ਕੁਦਾ ਨਾ ਕੁਦਾ ਐਡ ਕਰੀ ਉੜਗੇ। ਅਤੇ ਫਿਲਹਾਲ ਇਹ ਰਾਈਡ ਇੱਧਰ ਦਾ ਕੰਪਲੀਟ ਕਰਨੇ ਆ, ਘਰ ਜਾਂਦੇ ਹਾਂ ਵਾਪਸ ਔਰ ਦੇਖਣੇ ਆ ਐਡਿਟ ਵਗੈਰਾ ਕਰੀਏ ਕੀ ਲਿਆ ਵੀਡੀਓ ਬਣਦਾ। ਆਈ ਹੋਪ ਤੁਹਾਨੂੰ ਸਾਰੇ ਲਾਈਕ ਆਇਆ, ਮਤਲਬ ਪਸੰਦ ਆਇਆ ਹੋਣਾ ਯਾਰ ਇਹ ਵੀਡੀਓ। ਅਤੇ ਦੇਖੋ ਵਾਲੀ ਪਹਿਲਾ ਵਲੌਗ ਆ ਤਾਂ ਬੋਲਣ ਦਾ ਵੀ ਪਤਾ ਨਹੀਂ ਲੱਗਾ। ਅਤੇ ਵੀਡੀਓ ਕੀ ਸਬਸਕ੍ਰਾਈਬ ਕਰ ਲਿਓ ਚੈਨਲ ਕੀ, ਵੀਡੀਓ ਕੀ ਲਾਈਕ ਜ਼ਰੂਰ ਕਰਿਓ, ਸ਼ੇਅਰ ਜ਼ਰੂਰ ਕਰਿਓ, ਤਾਂ ਕਿ ਵੀਡੀਓ ਕੋਲ ਥੋੜ੍ਹੇ ਬਹੁਤੇ ਮਿਗੀ ਮਤਲਬ ਹੋਪ ਬਣੀ ਆ ਕਿ ਨੈਕਸਟ ਵੀਡੀਓ ਜਿਹੜਾ ਮੇਰਾ ਬਣਨਾ ਉਹ ਜ਼ਿਆਦਾ ਅੱਛਾ ਬਣਨਾ। ਅਤੇ ਠੀਕ ਹੈ, ਥੈਂਕ ਯੂ ਸੋ ਮਚ ਫੋਰ ਵਾਚਿੰਗ, ਸਬਸਕ੍ਰਾਈਬ ਕਰ ਲਓ ਰਣਜੀਤ ਸਿੰਘ ਵਲੌਗਸ ਕੀ, ਔਰ ਮਿਲਣੇ ਨੈਕਸਟ ਵਲੌਗ ਵਿੱਚ ਤੁਹਾਡੇ ਕੋਲ ਬੜੀ ਜਲਦੀ ਵੈਸ਼ਨੋ ਦੇਵੀ ਵਾਲਾ ਜਾਂ ਫਿਰ ਉਹਦੇ ਕੋਲੋਂ ਪਹਿਲਾਂ ਕੋਈ ਹੋਰ। ਥੈਂਕ ਯੂ ਸੋ ਮਚ, ਬਾਏ।